ਵੈਲਕਮ ਬੇਟਾ ਟੂ ਮਾਈ ਚੈਨਲ ਸੋ ਇਜ਼ੀ ਮੈਥ। ਮਾਈ ਡੀਅਰ ਸਟੂਡੈਂਟਸ, ਅੱਜ ਆਪਾਂ ਕਲਾਸ 9 ਦੀ ਵੀਕਲੀ ਪ੍ਰੈਕਟਿਸ ਸ਼ੀਟ 3 ਸੋਲਵ ਕਰਾਂਗੇ। ਵੀਡੀਓ ਅੱਛੀ ਲੱਗੀ ਲਾਈਕ ਜ਼ਰੂਰ ਕਰ ਦੇਣਾ। ਥੈਂਕਸ ਬੇਟਾ ਜੀ। ਚਲੋ ਆਪਾਂ ਸੋਲਵ ਕਰਦੇ ਹਾਂ। ਸਭ ਤੋਂ ਵੱਡੀ ਰਿਣਾਤਮਕ ਸੰਪੂਰਨ ਸੰਖਿਆ ਵਿੱਚ ਇਜ਼ ਦਾ ਲਾਰਜੈਸਟ ਨੈਗਟਿਵ ਇੰਟੀਜ਼ਰ, ਠੀਕ ਹੈ। ਇਹ 'ਚ ਦੇਖੋ 0, 1, 2, ਇੱਧਰ -1, -2 ਤਾਂ ਵੈਲਿਊਸ ਘੱਟਦੀਆਂ ਜਾਣਗੀਆਂ, ਤਾਂ ਲਾਰਜੈਸਟ ਨੈਗਟਿਵ ਕੀ ਹੋ ਗਿਆ? -1, ਠੀਕ ਹੈ। ਤਾਂ ਆਪਣੇ ਕੋਲ ਆਂਸਰ ਆਓ ਬੇਟਾ 3। ਅੱਗੇ ਦੱਸਣਾ ਪ੍ਰਮੇਯ ਆ, ਅਪ੍ਰਮੇਯ ਆ, ਪ੍ਰਾਕਿਰਤਿਕ ਆ, ਕਿਹੜਾ ਨੰਬਰ ਆ ਇਹ? ਆ ਦੇਖੋ √5 -3, -2 ਕਿੰਨਾ ਬਣ ਗਿਆ? -5, ਠੀਕ ਹੈ। √5 ਬਚ ਗਿਆ ਤਾਂ ਕੀ ਬਣ ਗਿਆ? ਇੱਕ ਇਰੈਸ਼ਨਲ ਨੰਬਰ, ਅਪ੍ਰਮੇਯ ਸੰਖਿਆ। ਦਿੱਤੀ ਗਈ ਰੇਖਾ 'ਤੇ ਕਿਹੜਾ ਬਿੰਦੂ 0 ਨੂੰ ਦਰਸਾਉਂਦਾ ਹੈ? ਦੱਸਣਾ ਬੇਟਾ ਕਿਹੜੀ ਇਹ 'ਚ ਸਿਫਰ ਆ? ਦੇਖੋ -1, 2, 3, 4, 5 ਨੇ ਨਾ, ਮਾਈਨਸ ਮਤਲਬ 5, 5 ਦਾ ਫਰਕ ਪਏਗਾ। ਦੇਖੋ ਕਿੱਦਾਂ ਇੱਥੇ ਆਊਗਾ 5, 0, -5, -10 ਫਿਰ -15। 0 ਨੂੰ ਕੌਣ ਰਿਪ੍ਰੈਜੈਂਟ ਕਰ ਰਿਹਾ? ਜ਼ੈਡ, ਦਿਸ ਵਨ। ਨੈਕਸਟ ਦੱਸਣਾ ਬੇਟਾ ਆਪਾਂ 4 ਏ ਨੋਨ ਜ਼ੀਰੋ ਇੰਟੀਜ਼ਰ, ਏ ਵਿੱਚੋਂ ਦਾ ਫੋਲੋਇੰਗ ਇਜ਼ ਨੋਟ ਡਿਫਾਈਨਡ, ਇਹਨਾਂ ਵਿੱਚੋਂ ਕਿਹੜੀ ਪਰਿਭਾਸ਼ਿਤ ਨਹੀਂ ਹੈਗੀ? ਬੇਟਾ 0 ਨੂੰ ਆਪਾਂ ਕਿਸ ਨਾਲ ਡਿਵਾਈਡ ਨਹੀਂ ਕਰ ਸਕਦੇ। ਏ ਆਪਸ਼ਨ ਆਊਗੀ, ਕਿਉਂਕਿ 0 ਡਿਵਾਈਡਡ ਬਾਏ ਏ 0 ਹੁੰਦਾ ਆ, ਇਨ ਏ ਡਿਵਾਈਡਡ ਬਾਏ 1 ਏ, ਇਹਨੂੰ ਲਿਖ ਸਕਦੇ ਹਾਂ ਆਪਾਂ 1/a। ਤਾਂ ਨੋਟ ਡਿਫਾਈਨਡ ਕਿਹੜਾ ਆ? ਏ ਡਿਵਾਈਡਡ ਬਾਏ 0। ਅੱਗੇ ਬੇਟਾ ਬੈਸਟ ਐਸਟੀਮੇਟ ਦੱਸਣਾ ਆ ਵੀ ਕਿਹਦੇ ਨੇੜੇ ਆ ਇਹ। ਇਹ 'ਚ ਦੇਖੋ 8.31 ਆ ਜਿਹੜਾ, 3 ਆ, 5 ਤੋਂ ਲੈਸ ਆ, ਇਹਨੂੰ ਛੱਡ ਸਕਦੇ ਹਾਂ। ਨੀਅਰੈਸਟ ਵੈਲਿਊ ਕਿੰਨੀ ਆ ਜੂਗੀ? 8। 5.89 ਆ, 8 5 ਤੋਂ ਗ੍ਰੇਟਰ ਆ ਗਿਆ, ਜੇ ਉਹਨੂੰ ਛੱਡਾਂਗੇ ਤਾਂ ਮੂਹਰੇ ਇੱਕ ਐਡ ਹੋ ਜੂਗਾ, ਮੀਨ 6 ਆ ਜੂਗਾ ਇੱਥੇ। 12.03, 0.0 ਤੁਹਾਨੂੰ ਛੱਡ ਕੇ ਕਿੰਨਾ ਬਣ ਜੂਗਾ? 12। 5 ਔਰ 5 ਤੋਂ ਗ੍ਰੇਟਰ ਹੋਵੇ ਤਾਂ ਮੂਹਰੇ ਇੱਕ ਵੈਲਿਊ ਆਪਾਂ ਨੇ ਐਡ ਕਰਨੀ ਆ, ਤਾਂ ਬੈਸਟ ਐਸਟੀਮੇਟ ਆ ਗਿਆ 8 × 6 × 12। ਇਹ 'ਚ ਦੱਸਣਾ ਵਿੱਚ ਸਟੇਟਮੈਂਟ ਇਜ਼ ਨੋਟ ਟਰੂ। ਹੁਣ ਦੇਖੋ ਬੇਟਾ 0+0 0 ਹੁੰਦਾ ਹੈ, 0-0 0, 0 × 0 0। ਇੱਥੇ ਕਿਹਾ ਡਿਵਾਈਡ ਦਾ ਸਾਈਨ ਚਾਹੀਦਾ ਸੀਗਾ, ਠੀਕ ਹੈ, ਇਹਨੇ ਇੱਦਾਂ ਹੀ ਪਾਇਆ ਹੋਇਆ, ਮਤਲਬ ਇਹ ਸਟੇਟਮੈਂਟ ਆ ਉਹ ਟਰੂ ਨਹੀਂ ਹੈਗੀ, 0 ਨੂੰ ਆਪਾਂ ਡਿਵਾਈਡ ਨਹੀਂ ਕਰ ਸਕਦੇ। ਦੱਸਣਾ ਕਿਹੜੀ ਅਪਰਮੇਯ ਸੰਖਿਆ ਨਹੀਂ ਹੈ, ਵਿੱਚ ਦਾ ਫੋਲੋਇੰਗ ਇਜ਼ ਨੋਟ ਏ ਇਰੈਸ਼ਨਲ ਨੰਬਰ। ਹੁਣ ਦੇਖੋ ਬੇਟਾ ਇਹਦਾ ਰੂਟ ਸੋਲਵ ਨਹੀਂ ਹੋਣਾ, ਇਹ ਇਰੈਸ਼ਨਲ ਨੰਬਰ ਆ, √7 ਹੀ ਸੋਲਵ ਹੋਣਾ, ਇਰੈਸ਼ਨਲ ਨੰਬਰ ਆ, ਇਹ ਵੀ ਇਰੈਸ਼ਨਲ ਨੰਬਰ ਆ, ਪਰ ਇਹ ਫਾਰਮੂਲਾ ਬਣ ਗਿਆ ਤੁਹਾਡਾ। ਦੇਖੋ a+b a-b ਵਾਲਾ ਕਿਹਦੇ ਬਰਾਬਰ ਹੁੰਦਾ? a² - b² ਦਾ ਸਕੇਅਰ ਦੇ, ਮੀਨਸ 3² - √7 ਦਾ ਸਕੇਅਰ, 3 ਦਾ ਸਕੇਅਰ 9, √7 ਦਾ ਸਕੇਅਰ 7, ਕਿੰਨਾ ਆ ਗਿਆ ਆਪਣੇ ਕੋਲ? 2, ਠੀਕ ਹੈ। ਇਹ ਕੀ ਹੈ? ਇੱਕ ਰੈਸ਼ਨਲ ਨੰਬਰ, ਕਿਉਂਕਿ 2 ਨੂੰ ਆਪਾਂ ਲਿਖ ਸਕਦੇ ਹਾਂ 2/1 p/q ਫੋਰਮ 'ਚ ਲਿਖ ਸਕਦੇ ਹਾਂ, ਵੇਅਰ ਕਿਊ ਇਜ਼ ਨੋਟ ਇਕੁਅਲ ਟੂ 0। ਅਤੇ ਕਿਹੜਾ ਇਰੈਸ਼ਨਲ ਨੰਬਰ ਨਹੀਂ ਹੈਗਾ? 3, ਕਿਸੇ ਸੰਖਿਆ ਵਿੱਚੋਂ -1 ਘਟਾਉਣ 'ਤੇ 0 ਪ੍ਰਾਪਤ ਹੁੰਦਾ ਹੈ, ਇਹਦੇ ਵਿੱਚ ਘਟਾਉਣਾ ਆਪਾਂ ਨੇ -1, ਔਨ ਸਬਟ੍ਰੈਕਟਿੰਗ -1 ਫਰੋਮ ਏ ਨੰਬਰ ਵੀ ਗੈਟ 0, ਤਾਂ ਨੰਬਰ ਕੀ ਹੋਊਗਾ? ਦੇਖ ਬੇਟਾ ਤਾਂ -1 ਪਲੱਸ ਹੀ ਹੋ ਜੂ ਤੁਹਾਡਾ, ਮੀਨਸ ਏ ਜੇ -1 ਪੁੱਟ ਕਰਾਂਗੇ, ਇਹ -1 ਪਲੱਸ ਹੋ ਗਿਆ, ਤਾਂ ਹੀ ਕੈਂਸਲ ਆਊਟ ਹੋ ਕੇ ਆਨਸਰ 0 ਆਊਗਾ, ਤਾਂ ਏ ਦਾ ਮੁੱਲ ਕਿੰਨਾ ਹੋਣਾ ਚਾਹੀਦਾ ਆਪਣੇ ਕੋਲ? -1।
ਹਰੇਕ ਪ੍ਰਮੇਯ ਸੰਖਿਆ ਦਾ ਜੁੜਾਤਮਕ ਤਤਸਮਕ ਹੈ ਦ ਡੀਟਿਵ ਆਈਡੈਂਟੀ ਆਫ ਐਵਰੀ ਰੈਸ਼ਨਲ ਨੰਬਰ। ਕੋਈ ਵੀ ਨੰਬਰ ਲੈ ਲਓ ਬੇਟਾ, ਜਨਰਲ ਮੈਨੇ ਏ ਲੈ ਲਿਆ। ਜੁੜਾਤਮਕ ਉਲਟ, ਜੁੜਾਤਮਕ ਤਤਸਮਕ ਮੀਨਸ ਐਡੀਟਿਵ ਆਈਡੈਂਟੀ ਦਾ ਮਤਲਬ ਇਹ ਹੁੰਦਾ ਉਸ ਨੰਬਰ 'ਚ ਕੀ ਐਡ ਕਰੀਏ ਆਪਾਂ ਉਹੀ ਨੰਬਰ ਆ ਜੇ, ਤਾਂ ਕੀ ਐਡ ਕਰੋਂਗੇ? ਜ਼ੀਰੋ। ਠੀਕ ਹੈ, ਜ਼ੀਰੋ ਐਡ ਕਰਕੇ ਉਹੀ ਨੰਬਰ ਆਊਗਾ ਅਤੇ ਆਂਸਰ ਆਊਗਾ ਜ਼ੀਰੋ। ਹੁਣ ਇਹ 'ਚ ਦੱਸਣਾ ਵੀ ਕਿਹੜੀ ਸਟੇਟਮੈਂਟ ਕੀ ਆ ਨੋਟ ਟਰੂ, ਸਹੀ ਨਹੀਂ ਹੈਗੀ। ਫਸਟ ਹੈਗਾ ਆਪਣੇ ਕੋਲ ਬੀ ਇਜ਼ ਗ੍ਰੇਟਰ ਦੈਨ ਮਾਈਨਸ 10, ਬੀ ਮਾਈਨਸ 10 ਤੋਂ ਵੱਡਾ ਹੈ। ਦੇਖੋ ਬੇਟਾ, ਇਹ ਜ਼ੀਰੋ ਹੈ, ਇੱਧਰ ਵੈਲਿਊਜ਼ ਘੱਟਦੀਆਂ ਜਾਣਗੀਆਂ, ਇੱਧਰ ਵੈਲਿਊਜ਼ ਵੱਧਦੀਆਂ ਜਾਣਗੀਆਂ। ਰਾਈਟ ਸਾਈਡ 'ਤੇ ਵੈਲਿਊਜ਼ ਵੱਡੀਆਂ ਹੁੰਦੀਆਂ ਨੇ, ਲੈਫਟ ਸਾਈਡ 'ਤੇ ਘੱਟਦੀਆਂ ਜਾਣਗੀਆਂ। ਬੀ ਇਜ਼ ਗ੍ਰੇਟਰ ਦੈਨ ਮਾਈਨਸ 10, ਠੀਕ ਹੈ, ਬੀ ਮਾਈਨਸ 10 ਤੋਂ ਗ੍ਰੇਟਰ ਆ, ਇਹ ਟਰੂ ਆ। ਏ ਇਜ਼ ਗ੍ਰੇਟਰ ਦੈਨ 0, ਠੀਕ ਹੈ ਬੇਟਾ, ਇਹ ਰਾਈਟ ਸਾਈਡ 'ਤੇ ਆ, ਇਹ ਵੀ ਵੱਡਾ ਹੈ 0 ਤੋਂ। ਬੀ ਇਜ਼ ਗ੍ਰੇਟਰ ਦੈਨ ਏ, ਬੀ ਏ ਤੋਂ ਗ੍ਰੇਟਰ ਨਹੀਂ ਹੈਗਾ, ਵੱਡਾ ਨਹੀਂ ਹੈਗਾ, ਬੀ ਏ ਤੋਂ ਕੀ ਹੈ ਛੋਟਾ, ਕਿਉਂਕਿ ਲੈਫਟ ਸਾਈਡ 'ਤੇ ਆ, ਮੀਨਸ ਏ ਫਾਲਸ ਆ। ਬੀ ਇਜ਼ ਸਮਾਲਰ ਦੈਨ 0, ਬੀ 0 ਤੋਂ ਛੋਟਾ ਆ, ਠੀਕ ਹੈ, ਕਿਉਂਕਿ ਬੀ 0 ਦੇ ਲੈਫਟ ਸਾਈਡ 'ਤੇ ਆ, ਇਹ ਵੀ ਟਰੂ ਆ। ਅਗਲਾ ਦੇਖੋ, ਇਨ ਏ ਗਿਵਨ ਮੈਜਿਕ ਸਕੇਅਰ ਈਚ ਰੋ ਈਚ ਕੋਲਮ ਐਂਡ ਈਚ ਡਾਇਗਨਲ ਸ਼ੁੱਡ ਹੈਵ ਦਾ ਸੇਮ ਸਮ, ਫਾਇੰਡ ਦਾ ਵੈਲਿਊਜ਼ ਆਫ ਐਕਸ ਵਾਈ ਐਂਡ ਜ਼ੈਡ। ਦੇਖੋ ਬੇਟਾ, ਇਹ 'ਚ ਸਾਰੇ ਪਾਸੇ ਜੋੜ ਆ ਉਹ ਸੇਮ ਬਣਦਾ ਆ, ਐਕਸ ਵਾਈ ਅਤੇ ਜ਼ੈਡ ਦੀ ਵੈਲਿਊ ਆਪਾਂ ਸੋਲਵ ਕਰਨੀ ਹੈ ਕਿੰਨੀ ਆਊਗੀ। ਹੁਣ ਜੇ ਧਿਆਨ ਨਾਲ ਦੇਖੀਏ, ਇਹ 'ਚ ਸਾਰੀਆਂ ਵੈਲਿਊਜ਼ ਗਿਵਨ ਨੇ, ਅਤੇ ਇਹਨਾਂ ਸਭ ਦਾ ਜੋੜ ਕਰਕੇ ਦੇਖੋ, ਮਾਈਨਸ 10, ਮਾਈਨਸ 3 ਪਲੱਸ 4, ਮਾਈਨਸ 10 ਮਾਈਨਸ 3, ਮਾਈਨਸ 13 ਪਲੱਸ 4, ਮਾਈਨਸ 13 ਪਲੱਸ 4 ਕਿੰਨੇ ਬਣ ਗਏ? ਮਾਈਨਸ 9। ਮੀਨਸ ਸਾਰੇ ਪਾਸੇ ਕੀ ਬਣਨਾ ਚਾਹੀਦਾ? ਮਾਈਨਸ ਦੇ 9। ਹੁਣ ਆਪਾਂ ਇੱਧਰ ਐਡ ਕਰ ਲਓ, ਦੇਖੋ 1 ਮਾਈਨਸ 10 ਪਲੱਸ ਐਕਸ, 1 ਮਾਈਨਸ 10 ਕਿੰਨਾ ਬਣ ਗਿਆ? ਮਾਈਨਸ 9 ਪਲੱਸ ਐਕਸ। ਹੁਣ ਜੋੜ 9 ਬਣਨਾ ਚਾਹੀਦਾ, ਤਾਂ ਐਕਸ ਕਿੰਨਾ ਭਰਨਾ ਪਊ ਆਪਾਂ ਨੂੰ? 0, ਠੀਕ ਹੈ, ਐਕਸ 0 ਆ ਗਿਆ। ਹੁਣ ਵਾਈ ਕੱਢਦੇ ਹਾਂ ਆਪਾਂ, ਵਾਈ ਮਾਈਨਸ 3 ਮਾਈਨਸ 2, ਇਹ ਕਿੰਨਾ ਆਉਣਾ ਚਾਹੀਦਾ? ਮਾਈਨਸ ਦੇ 9, ਮੀਨਸ ਵਾਈ ਮਾਈਨਸ 5। ਹੁਣ ਵਾਈ ਕਿੰਨਾ ਰੱਖੀਏ ਵੀ ਮਾਈਨਸ 9 ਬਣ ਜੇ, ਤਾਂ ਵਾਈ ਤੁਹਾਨੂੰ ਕਿੰਨਾ ਰੱਖਣਾ ਪਊਗਾ? ਮਾਈਨਸ ਦੇ 4। ਮਾਈਨਸ 4 ਮਾਈਨਸ 5 ਕਿੰਨਾ ਬਣ ਜੂਗਾ? ਮਾਈਨਸ ਦੇ 9। ਅੱਗੇ ਜ਼ੈਡ ਇੱਥੋਂ ਕੱਢ ਲੈਂਦੇ ਹਾਂ, ਮਾਈਨਸ 6 ਪਲੱਸ 4, ਦੇਖੋ ਮਾਈਨਸ 6 ਪਲੱਸ 4 ਪਲੱਸ ਜ਼ੈਡ, ਮਾਈਨਸ 6 ਮਾਈਨਸ 4 ਮਾਈਨਸ 2 ਪਲੱਸ ਜ਼ੈਡ। ਹੁਣ ਜ਼ੈਡ ਕਿੰਨਾ ਰੱਖੀਏ? ਇੱਥੇ ਵੀ 9 ਬਣ ਜੇ ਮਾਈਨਸ ਦੇ, ਮਾਈਨਸ 7। ਜ਼ੈਡ ਜਦੋਂ ਮਾਈਨਸ 7 ਰੱਖੋਗੇ, ਠੀਕ ਹੈ, ਜ਼ੈਡ ਦੀ ਵੈਲਿਊ ਕਿੰਨੀ ਆ ਜੂਗੀ? ਮਾਈਨਸ ਦੇ 7, ਤਾਂ ਮਾਈਨਸ 7 ਮਾਈਨਸ 2 ਮਾਈਨਸ 9 ਬਣ ਗਏ। ਮਤਲਬ ਐਕਸ 0, ਵਾਈ ਮਾਈਨਸ 4, ਜ਼ੈਡ ਮਾਈਨਸ 7, 0 ਮਾਈਨਸ 4 ਮਾਈਨਸ 7, ਦਿਸ ਵਨ। ਨੈਕਸਟ ਦੇਖੋ ਬੇਟਾ, ਇਹ 'ਚ ਹੈ ਆਪਣੇ ਕੋਲ ਵਾਟਰ ਲੈਵਲ ਇਨ ਦਾ ਵੈਲ ਵਾਸ 20 ਮੀਟਰ ਬਿਲੋ ਦਾ ਗਰਾਊਂਡ ਲੈਵਲ, 20 ਮੀਟਰ ਨੀਚੇ ਆ ਗਰਾਊਂਡ ਲੈਵਲ ਤੋਂ। ਹੁਣ ਆਪਾਂ ਇਹਨੂੰ ਗਰਾਊਂਡ ਲੈਵਲ ਮੰਨਦੇ ਹਾਂ, ਜਿੱਥੋਂ ਖੂਹ ਸ਼ੁਰੂ ਹੁੰਦੇ ਇਹਨੂੰ ਜ਼ੀਰੋ ਲੈਵਲ ਮੰਨ ਲੈਂਦੇ ਹਾਂ। ਇਹ ਤੋਂ 20 ਮੀਟਰ ਨੀਚੇ ਆ ਜਿਹੜਾ ਪਾਣੀ ਆ, ਠੀਕ ਹੈ। ਉਸ ਤੋਂ ਬਾਅਦ ਦੇਖੋ, ਡੂਰਿੰਗ ਦਾ ਰੇਨੀ ਸੀਜ਼ਨ ਰੇਨ ਵਾਟਰ ਕਲੈਕਟਡ ਇਨ ਡਿਫਰੈਂਟ ਵਾਟਰ ਟੈਂਕਸ
was drained into the well because of which the water level rises 6 meter above the previous level. ਠੀਕ ਹੈ, ਮੌਸਮ ਦੇ ਦੌਰਾਨ, ਬਰਸਾਤ ਦੇ ਮੌਸਮ ਦੌਰਾਨ ਵੱਖ ਵੱਖ ਟੈਂਕੀ 'ਚ ਇਕੱਠਾ ਪਾਣੀ ਕਰਕੇ ਇਹ ਖੂਹ 'ਚ ਪਾਤਾ। ਠੀਕ ਹੈ, ਤਾਂ 6 ਮੀਟਰ ਹੋਰ ਵੱਧ ਗਿਆ, ਪਹਿਲਾਂ 20 ਮੀਟਰ 'ਤੇ ਸੀਗਾ, ਹੁਣ ਜਿਹੜਾ 6 ਮੀਟਰ ਦਾ ਪਾਣੀ ਹੋਰ ਉੱਪਰ ਚਲ ਗਿਆ। ਠੀਕ ਹੈ, ਹੁਣ ਮੰਨ ਲਓ ਪਾਣੀ ਇੱਥੇ ਪਹੁੰਚ ਗਿਆ, ਪਹਿਲਾਂ ਮੰਨ ਲਓ ਪਾਣੀ ਇੱਥੇ ਸੀ 20 ਮੀਟਰ ਡੂੰਘਾਈ 'ਤੇ ਸੀਗਾ, ਹੁਣ ਪਾਣੀ ਇੱਥੇ ਚਲੇ ਗਿਆ, ਆਹ 6 ਮੀਟਰ ਮੰਨ ਲਓ ਉੱਪਰ ਹੋ ਗਿਆ। ਹੁਣ ਆਹ ਦੇਖਣਾ ਬੇਟਾ ਆਹ ਕੀ ਆ, ਇੱਥੇ ਵੀ ਮਤਲਬ ਇਹ ਡੂੰਘਾ ਰਹਿ ਗਿਆ, ਅਜੇ 6 ਮੀਟਰ ਉੱਪਰ ਚਲਾ ਗਿਆ। ਠੀਕ ਹੈ, ਉਸ ਤੋਂ ਬਾਅਦ ਹੈਗਾ ਕਹਿੰਦਾ ਖੂਹ ਦੀ ਦੇਖੋ ਇਹਨਾਂ ਨੇ ਦਿੱਤੀ ਹੋਈ ਆ, ਕੰਧ ਵੀ 1 ਮੀਟਰ 20 ਸੈਂਟੀਮੀਟਰ ਉੱਚੀ ਆ, ਜਿਹੜੀ ਪੁਲੀ ਖੂਹ ਦੀ ਕੰਧ ਤੋਂ ਆਹ 80 ਸੈਂਟੀਮੀਟਰ ਠੀਕ ਹੈ ਉੱਚੀ ਆ, ਤਾਂ 1 ਮੀਟਰ ਅਸੀਂ ਘੱਟੋ ਘੱਟ ਪਾਣੀ ਕੱਢਣ ਲਈ ਚਾਹੀਦੀ ਆ ਵਾਲੀ, ਆਹ ਤੁਹਾਡੀ 1 ਮੀਟਰ। ਹੁਣ ਦੱਸਣਾ ਵੀ ਵਿਸ਼ਾਲ ਨੇ ਖੂਹ 'ਚੋਂ ਪਾਣੀ ਕੱਢਣਾ ਆ, ਮੀਨਸ ਕਿੱਥੇ ਪਹੁੰਚਣਾ ਨੇ, ਦੇਖੋ ਇਸ ਲੈਵਲ 'ਤੇ ਇੱਥੇ ਪਾਣੀ ਕੱਢਣਾ ਉਹਨੇ, ਵੀ ਆਹ ਸਾਰੀ ਲੈਂਥ ਕਿੰਨੀ ਚਾਹੀਦੀ ਹੋਊਗੀ ਰੱਸੀ ਦੀ। ਹੁਣ ਪਹਿਲਾਂ ਦੇਖੋ ਪਾਣੀ ਕਿੰਨੀ ਡੂੰਘਾਈ 'ਤੇ ਰਹਿ ਗਿਆ, ਪਹਿਲਾਂ 20 'ਤੇ ਸੀਗਾ, ਮਾਈਨਸ 20 6 ਉੱਪਰ ਹੋ ਗਿਆ, ਮੀਨਸ ਮਾਈਨਸ 14 ਮੀਟਰ ਡੂੰਘਾਈ 'ਤੇ ਰਹਿ ਗਿਆ, ਆਹ 14 ਮੀਟਰ ਆ ਗਿਆ ਤੁਹਾਡਾ। ਠੀਕ ਹੈ, ਹੁਣ ਆਹ ਰੱਸੀ ਦੀ ਲੰਬਾਈ ਕਿੰਨੀ ਆ ਘੱਟੋ ਘੱਟ, ਦੇਖੋ ਪਹਿਲਾਂ 80 ਸੀਗੀ ਸੈਂਟੀਮੀਟਰ ਹੈ ਨਾ, ਮੀਟਰ ਬਣਾ ਕੇ 100 'ਤੇ ਡਿਵਾਈਡ ਕਰਕੇ 0.80 ਮੀਟਰ ਆ ਜੂਗਾ। ਠੀਕ ਹੈ, ਇਹ ਰੋਪ ਦੀ ਆਪਾਂ ਕੱਢ ਰਹੇ ਹਾਂ ਲੈਂਥ, 1 ਮੀਟਰ 20 ਸੈਂਟੀਮੀਟਰ ਨੂੰ ਆਪਾਂ ਲਿਖ ਸਕਦੇ ਹਾਂ 1.20 ਮੀਟਰ। ਠੀਕ ਹੈ, 20 ਸੈਂਟੀਮੀਟਰ ਆਪਾਂ ਨੇ ਮੀਟਰ 'ਚ ਕਨਵਰਟ ਕਰਤਾ 1.20 ਮੀਟਰ, ਅਤੇ ਐਡ ਕਰਕੇ ਕਿੰਨਾ ਆ ਗਿਆ ਆਪਣੇ ਕੋਲ 2 ਮੀਟਰ ਆਹ ਰੱਸੀ ਦੀ ਲੰਬਾਈ ਹੈਗੀ। ਜੇ ਏ ਬੀ ਦਾ ਨਾਮ ਦੇਣਾ ਏ ਬੀ ਨਾਮ ਦੇ ਸਕਦੇ ਹੋ, ਜਿਹੜੀ ਏ ਬੀ ਹੈ ਤੁਹਾਡੀ ਉਹ 2 ਮੀਟਰ ਆ ਗਈ। ਹੁਣ ਨੀਚੇ ਪਾਣੀ ਕਿੰਨਾ ਆ 14, ਅਤੇ ਰੱਸੀ ਆਪਾਂ ਨੂੰ 1 ਮੀਟਰ ਆ ਚਾਹੀਦੀ ਆ, ਮੀਨਸ ਜਿਹੜੀ ਟੋਟਲ ਲੈਂਥ ਬਣੂਗੀ, ਕੁੱਲ ਬਣੂਗੀ ਰੱਸੀ ਦੀ ਜਿਹੜੀ ਲੰਬਾਈ ਆ, 1 ਮੀਟਰ ਤਾਂ ਹੀ ਬਣ ਗਈ, 1 ਪਲੱਸ 2 ਮੀਟਰ ਆ ਚਾਹੀਦੀ ਆ। ਠੀਕ ਹੈ, ਆ 14 ਮੀਟਰ ਡੂੰਘਾਈ 'ਤੇ ਆ, ਨੀਚੇ ਤਾਂ ਮਾਈਨਸ 14 ਕਰਕੇ ਕਰੋਗੇ, ਕਿਉਂਕਿ ਨੀਚੇ ਹੈ ਬੇਟਾ 1 2+1 3+14 ਕਿੰਨੇ ਬਣ ਗਏ 17 ਮੀਟਰ ਆਪਾਂ ਨੂੰ ਰੱਸੀ ਦੀ ਲੰਬਾਈ ਚਾਹੀਦੀ ਹੈ। ਤਾਂ ਕਿਹੜਾ ਆਂਸਰ ਆਊ ਜੀ ਇਹਦੇ ਵਿੱਚ, ਫਸਟ ਆਪਸ਼ਨ। ਦੱਸਣਾ ਹੁਣ -2/3 ਅਤੇ 1/5 ਦੇ ਵਿਚਕਾਰ ਕਿਹੜਾ ਹੈ, ਵਿੱਚੋਂ ਦਾ ਫੋਲੋਇੰਗ ਨੰਬਰ ਲਾਈਜ਼ ਬਿਟਵੀਨ -2/3 ਐਂਡ 1/5। ਨੀਚੇ ਬੇਟਾ ਸਭ ਤੋਂ ਹੁਣ ਇਹਦਾ ਐਲਸੀਅਮ ਕਿੰਨਾ ਆਊਗਾ 15, ਪਰ ਸਾਰੇ ਨੀਚੇ 15 ਬਣਾ ਲਓ। ਦੇਖੋ -2/3 ਇੰਟੂ 5 ਅਤੇ ਡਿਵਾਈਡ ਵੀ 5 ਨਾਲ -10/15, ਇੱਦਾਂ 1/5 ਨੂੰ ਕਰੋਗੇ 3, ਨੀਚੇ ਵੀ 3/15 -10 ਅਤੇ 3/15 ਦੇ ਵਿਚਕਾਰ ਚਾਹੀਦੀ ਹੈ ਆਪਾਂ ਨੂੰ ਵੈਲਿਊ। ਵੈਸੇ ਬੇਟਾ ਦੇਖੋ ਫਸਟ ਹੀ ਬਣਦੀ ਆ -2/15, -10 ਔਰ 3/15 ਦੇ ਵਿਚਕਾਰ ਹੁੰਦੀ ਆ, ਬਾਕੀ ਵੀ ਚੈੱਕ ਕਰ ਲੈਂਦੇ ਹਾਂ। ਜਿਵੇਂ 4/3 ਜਿਹਨੂੰ 5 ਨਾਲ ਮਲਟੀਪਲਾਈ ਕਰੋਗੇ ਅਤੇ ਡਿਵਾਈਡ ਕਰੋਗੇ 20/15, ਦੇਖੋ ਇਹ 3 ਤੋਂ ਬਾਹਰ ਚਲੀ ਗਈ। ਇੱਦਾਂ ਹੀ ਬੇਟਾ 1/3 ਨੂੰ ਕਰੋਗੇ 5/15, 5 ਇਹ ਵੀ ਦੇਖੋ 3 ਤੋਂ ਬਾਹਰ ਚਲੀ ਗਈ, -4/5 ਇੰਟੂ 3/3, ਨੀਚੇ 15 ਬਣਾਏ ਨੇ ਆਪਾਂ ਸਾਰੇ, -12/15 ਇਹ ਵੀ ਦੇਖੋ ਇਹਦੇ ਲੈਫਟ ਸਾਈਡ 'ਤੇ ਆ ਗਈ -10 ਦੇ, ਵਿਚਕਾਰ ਕਿਹੜੀ ਆਊਗੀ -2/15।
ਨੈਕਸਟ ਦੇਖੋ ਬੇਟਾ, ਦੇਰ ਆਰ ਰੁਪੀਜ਼ 380 ਨੇ ਬੈਂਕ ਅਕਾਊਂਟ ਔਫ ਭਾਵਨਾ, ਠੀਕ ਹੈ, ਭਾਵਨਾ ਦੇ ਅਕਾਊਂਟ ਵਿੱਚ ਪੈਸੇ ਲਿਖੇ ਹੋਏ ਨੇ ਬੇਟਾ, ਕਿੰਨੇ ਨੇ 380। ਕੁਝ ਦਿਨਾਂ ਦੇ ਵਿੱਚ ਸ਼ੀ ਡਿਪੋਜ਼ਿਟਿਡ ਐਂਡ ਵਿਦਡਰਾ ਦਾ ਫੋਲੋਇੰਗ ਅਮਾਊਂਟ ਔਫ ਮਨੀ, ਉਹਨੇ ਮੂਹਰਲੇ ਮੱਧ ਹਫ਼ਤੇ ਵਿੱਚ ਕਿਸੇ ਦਿਨ ਕਢਵਾ ਲਏ, ਕਿਸੇ ਦਿਨ ਜਮ੍ਹਾਂ ਕਰਵਾ ਲਏ, ਠੀਕ ਹੈ। ਦੱਸਣਾ ਵੀ ਹਾਓ ਮੱਚ ਮਨੀ ਡਾਜ਼ ਸ਼ੀ ਹੈਵ ਨਾਓ, ਹੁਣ ਉਹਦੇ ਖਾਤੇ ਵਿੱਚ ਕਿੰਨੇ ਰੁਪਏ ਨੇ। ਜਿਹੜੇ ਬੇਟਾ ਪਲੱਸ ਦਾ ਸਾਈਨ ਆ ਉਹ ਜਮ੍ਹਾਂ ਕਰਵਾਏ ਹੋਏ ਨੇ, ਮਾਈਨਸ ਦਾ ਸਾਈਨ ਆ ਉਹ ਕਢਵਾਏ ਹੋਏ ਨੇ। ਪਹਿਲਾਂ ਆਪਾਂ ਐਡ ਵਾਲੇ ਐਡ ਕਰ ਲੈਣੇ ਵੀ ਕਿੰਨੇ ਜਮ੍ਹਾਂ ਹੋਏ ਹੋਏ ਨੇ ਟੋਟਲ। 540 ਇਹ ਮਾਈਨਸ ਦੇ ਹੋ ਗਏ, 116, 490 ਅਤੇ 94। ਇਹਨੂੰ ਐਡ ਕਰਕੇ ਆਓ ਜੀ ਬੇਟਾ, 0261, ਠੀਕ ਹੈ। ਹੁਣ ਮਾਈਨਸ ਦੇ ਵੈਲਿਊ ਕਢਵਾਏ ਕਿੰਨੇ ਨੇ, ਮਾਈਨਸ 268, ਮਾਈਨਸ 152 ਅਤੇ ਮਾਈਨਸ ਦੇ 844। ਅਤੇ ਇਹ ਆ ਗਿਆ ਤੁਹਾਡਾ ਬੇਟਾ 4621, ਇਹ ਮਾਈਨਸ ਦੇ। ਹੁਣ ਆਪਾਂ 1620 ਦੇ ਵਿੱਚੋਂ ਮਾਈਨਸ ਕਰਾਂਗੇ 1264, ਅਤੇ ਟੋਟਲ ਕਿੰਨੇ ਆ ਗਏ, 356 ਰਹਿ ਗਏ ਉਹਦੇ ਅਕਾਊਂਟ ਦੇ ਵਿੱਚ। ਆਪਸ਼ਨ ਥਰਡ ਲਾਸਟ ਬੇਟਾ ਸੋਲਵ ਕਰਨਾ ਆਪਾਂ ਨੇ ਕੁਸ਼ਚਨ। ਇਹ ਦੇਖੋ ਮਲਟੀਪਲੀਕੇਸ਼ਨ ਵੀ ਹੈ, ਡਿਵਾਈਡ ਵੀ ਹੈ, ਬੋਰਡ ਮਾਸ ਦੇ ਅਕੋਰਡਿੰਗ ਸੋਲਵ ਕਰਾਂਗੇ। ਪਹਿਲਾਂ ਡਿਵੀਜ਼ਨ ਹੱਲ ਹੋਏਗੀ ਫਿਰ ਮਲਟੀਪਲੀਕੇਸ਼ਨ। ਦੇਖੋ ਇਹ ਹੈਗਾ ਮਾਈਨਸ 4/5 ਇੰਟੂ 3/7 ਡਿਵਾਈਡ ਆ, ਇਹਨੂੰ ਮਲਟੀਪਲਾਈ ਬਣਾ ਦਿਓ 15/16 ਇੰਟੂ ਮਾਈਨਸ 14/9। ਹੁਣ ਆਪਾਂ ਇਹਨੂੰ ਕੈਂਸਲ ਕਰ ਦਿੰਦੇ ਹਾਂ ਕਿਉਂਕਿ ਸਾਰੇ ਮਲਟੀਪਲੀਕੇਸ਼ਨ 'ਚ ਹੀ ਨੇ। 5 3s ਦਾ 15 ਇਹ ਕੱਟ ਗਏ ਬੇਟਾ, 3 ਨਾਲ 3 ਕੈਂਸਲ ਆਊਟ ਹੋ ਗਿਆ, 4 4s ਦਾ 7 2s ਦਾ 2 ਨਾਲ ਆ ਕੱਟ ਗਿਆ, ਮਾਈਨਸ ਮਾਈਨਸ ਕੱਟ ਗਿਆ, ਮੀਨਸ ਨੀਚੇ ਬਚ ਗਿਆ 2, ਤਾਂ ਆਂਸਰ ਆ ਗਿਆ ਆਪਣੇ ਕੋਲ 1/2, ਠੀਕ ਹੈ ਜੀ। ਥੈਂਕਸ ਬੇਟਾ ਫੋਰ ਵਾਚਿੰਗ ਦਿਸ ਵੀਡੀਓ, ਅੱਛੀ ਲੱਗੀ ਲਾਈਕ ਜ਼ਰੂਰ ਕਰ ਦੇਣਾ। ਥੈਂਕਸ ਬੇਟਾ ਜੀ।